ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਲੰਬੀ ਦੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਵੀ ਉਹ ਵੱਖ ਵੱਖ ਪਿੰਡਾਂ ਦੇ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸਭਾ ਦੀ ਪ੍ਰਕਿਰਿਆ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਇਆ ਹੈ ਅਤੇ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਬਣਾਏ ਗਏ ਹਨ ਜਿਨ੍ਹਾਂ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ ਉਹਨਾਂ ਦੇ ਬਾਰੇ ਵੀ ਬਾਦਲ ਨੇ ਖੁੱਲ੍ਹ ਕੇ ਗੱਲਾਂ ਕਹੀਆਂ ਹਨ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਵੀ ਪ੍ਰਧਾਨ ਮੰਤਰੀ ਕੋਲੋਂ ਪੈਕੇਜ ਦੀ ਮੰਗ ਕੀਤੀ ਗਈ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ। ਲੇਕਿਨ ਇਹ ਕਦੇ ਤੁਹਾਡਾ ਕੋਈ ਸਵਾਲ ਨਹੀਂ ਸੀ। ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਲੱਗਦਾ ਪਰ ਨੁਕਸਾਨ ਬੜਾ ਹੋ ਜਾਂਦਾ। ਮੇਰਾ ਖਿਆਲ ਹੈ ਜੀ ਮੈਂ ਪੁੱਛਾਂ ਕਿ ਰਾਜ ਸਭਾ ਕੀ ਹੁੰਦੀ ਹੈ? ਕਿਸੇ ਨੂੰ ਪਤਾ ਜੀ ਰਾਜ ਸਭਾ ਦਾ? ਸਾਰੇ ਪਿੰਡ ਚੋਂ ਕੋਈ ਕਿ ਦੱਸੇ? ਮੇਰੇ ਖਿਆਲ ਇੱਕ ਨੂੰ ਵੀ ਨਹੀਂ ਪਤਾ। ਰਾਜ ਸਭਾ ਇਹ ਹੁੰਦੀ ਹੈ ਕਿ ਪਾਰਲੀਮੈਂਟ ਜਿਵੇਂ ਬਲਾਕ ਸਮਿਤੀ ਆਪਣੀ ਹੁੰਦੀ ਹੈ ਤੇ ਇੱਕ ਪੰਚਾਇਤਾਂ ਹੁੰਦੀਆਂ ਜਿਹੜੀਆਂ ਪੰਚਾਇਤਾਂ ਉਹ ਤਾਂ ਮੈਂਬਰ ਲੋਕ ਚੁਣਦੇ ਆ ਤੇ ਬਲਾਕ ਸਮਿਤੀ ਦੀਆਂ ਚੋਣਾਂ ਜਿਹੜੀਆਂ ਹੁੰਦੀਆਂ ਮੈਂਬਰ ਚੁਣਦੇ ਆ। ਜਿਹੜੀਆਂ ਪਾਰਲੀਮੈਂਟ ਹੈ ਉਹ ਤਾਂ ਲੋਕ ਚੁਣਦੇ ਆ ਤੇ MLA ਜਿਹੜੇ ਬਣ ਜਾਂਦੇ ਆ ਉਹ ਅਗਰ ਰਾਜ ਸਭਾ ਦੇ ਮੈਂਬਰ ਦਿੱਲੀ ਵਾਸਤੇ ਚੁਣਦੇ ਆ ਉਹ ਹਰ ਸਟੇਟ ਨੂੰ ਦਿੱਤੇ ਹੁੰਦੇ ਵੀ ਇੰਨੇ ਮੈਂਬਰ ਤੁਹਾਨੂੰ ਦੇਣਗੇ 6 ਦਿਨ 7 ਦਿਨ 8 ਦਿਨ ਜਿਵੇਂ ਵਾਦੀ ਹੈ ਉਹ ਉਸੇ ਸੂਬੇ ਦੇ ਹੋਣੀ ਚਾਹੀਦੀ ਹੈ। ਲੇਕਿਨ ਆ ਹੁਣੇ ਥੋੜੇ ਦਿਨ ਪਹਿਲਾਂ ਹੀ ਫੈਸਲਾ ਹੋਇਆ ਇਹ ਰਾਜ ਸਭਾ ਦੇ ਮੈਂਬਰ ਬਣਨੇ ਸਨ ਕੇਜਰੀਵਾਲ ਨੇ ਸਾਰੇ ਪੰਜਾਬ ਤੋਂ ਬਾਹਰ ਦੇ ਬਣਾ ਲਏ ਸੀ ਪੰਜਾਬ ਦਾ ਹੱਕ ਲੇਕਿਨ ਮੈਂਬਰ ਬਾਹਰ ਦੇ ਬਣਾ ਤੇ ਜਿਵੇਂ ਤੁਹਾਡੇ ਪਿੰਡ ਦੀ ਪੰਚਾਇਤ ਪਿੰਡ ਦੇ ਨੇ ਪੰਚਾਇਤ ਚੁਣਨੀ ਹੋਵੇ ਵੋਟਾਂ ਤੁਹਾਡੀਆਂ ਹੋਣ ਤੇ ਰਾਣੀ ਵਾਲੇ ਦੇ ਮੈਂਬਰ ਬਣ ਜਾਣ ਫਿਰ ਤੁਸੀਂ ਗੁਰਦਾਸ ਕਰੋਗੇ? ਇਸ ਤਰ੍ਹਾਂ ਹੋਇਆ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੁੰਦਾ। ਲੇਕਿਨ ਇਹ ਬਹਿੰਦੇ ਸਾਰ ਉਹਨਾਂ ਨੇ ਵੱਡੀ ਬੇਇਨਸਾਫੀ ਜਿਹੜੀ ਹੈ ਪੰਜਾਬ ਨਾਲ ਕੀਤੀ ਹੈ ਔਰ ਇਹੀ ਨਹੀਂ ਉਹਨਾਂ ਨੇ ਇਹ ਵੀ ਦਾਅਵਾ ਕਰ ਛੱਡਿਆ ਕਿ ਪੰਜਾਬ ਤੋਂ ਪਾਣੀ ਸਾਨੂੰ ਦੋ ਦਿੱਲੀ ਆਟੂ ਤੇ ਨਾਲ ਇਹ ਵੀ ਜਿਹੜੇ ਥਰਮਲ ਪਲਾਂਟ ਬੰਦ ਕਰੋ ਕਿਉਂਕਿ ਧੂੰਆਂ ਸਾਨੂੰ ਆਉਂਦਾ। ਮੇਰਾ ਸਿਰਫ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਕੋਈ ਚੀਜ਼ ਛੋਟੇ ਫਾਇਦੇ ਵਾਲੀ ਨਹੀਂ ਕਰਨੀ। ਪ੍ਰੋਪੇਗੰਡਾ ਸੀ ਹਵਾ ਸੀ ਨਿਕਲ ਗਈ ਆਪਦੇ ਤੇ ਦੂਜੇ ਨੂੰ ਪਛਾਣਨਾ ਚਾਹੀਦਾ। ਮੈਂ ਤੁਹਾਨੂੰ ਨਹੀਂ ਆਉਂਦਾ ਜਿਹੜੇ ਭਰਾਵਾਂ ਨੇ ਨਹੀਂ ਵੋਟਾਂ ਪਾਈ ਮਾਣ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਹੈਗੇ ਆ 50,000 ਕਰੋੜ ਰੁਪਏ ਦੀ ਮੰਗ ਕੀਤੀ ਹੈਗੀ ਆ। ਬੇਸ਼ੱਕ ਜਿਹੜਾ ਇਹਨਾਂ ਨੇ ਕਿਹਾ ਸੀਗਾ ਵੀ ਪੰਜਾਬ ਚਲਾਉਣ ਲਈ ਸਾਡੇ ਕੋਲ ਅਵੇਲੇਬਲ ਹੈਗਾ ਮਾਮਲਾ। ਦੇਖੋ ਜੀ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਕਿੰਨੇ ਸੈਂਟਰ ਸਰਕਾਰ ਦੇ ਸਕਦੀ ਹੈ ਜਾਂ ਕਿਵੇਂ ਹੈ, ਮੈਂ ਇਹਦੇ 'ਚ ਕੀ ਕਹਿ ਸਕਦਾ। ਔਰ ਮੈਂ ਹਮੇਸ਼ਾ ਇਹੀ ਕਹਿੰਦਾ ਕਿ ਪੰਜਾਬ ਦੀ ਮਦਦ ਕਰਨੀ ਚਾਹੀਦੀ। ਕਿੰਨਾ ਕੁਝ ਦੇ ਸਕਦੇ ਆ ਨਹੀਂ ਦੇ ਸਕਦੇ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਹੋਣਾ ਹੈ, ਪਰ ਮੈਂ ਵੀ ਕਹਿੰਦਾ ਵੀ ਜੋ ਦੇ ਸਕਦੇ ਆ ਉਹ ਵੱਧ ਤੋਂ ਵੱਧ ਪੰਜਾਬ ਦੀ ਮਦਦ ਕਰ। ਅੱਜ ਜਿਹੜਾ ਕਿਸਾਨ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਹੈਗਾ ਵਾਅਦਾ ਖਿਲਾਫੀ ਨੂੰ ਲੈ ਕੇ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਧਰਨੇ ਦੇ ਉੱਤਰ ਗਈਆਂ। ਦੇਖੋ ਅਜੇ ਕਿਸਾਨੀ ਮਸਲੇ ਹੱਲ ਨਹੀਂ ਹੋਏ, ਬਹੁਤ ਸਾਰੀਆਂ ਜਿਨਸਾਂ ਦੇ MSP ਕੀਤੇ ਹੈ ਉਹ MSP 'ਤੇ ਨਹੀਂ ਵਿਕ ਰਹੇ ਜਾਂ MSP ਦਾ ਵੀ ਪੱਕਾ ਵਾਅਦਾ ਨਹੀਂ ਕੀਤਾ। ਅੱਗੇ ਵੀ ਇੰਨਾ ਚਿਰ ਕਿਸਾਨਾਂ ਨੇ ਬੜੇ ਧਰਨੇ ਲਾਏ ਹੈ ਅਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਤਾਂ ਦੇਖੋ ਕਿਸਾਨਾਂ ਦੇ ਖਾਤਰ ਬੀਬਾ ਹਰਸਿਮਰਤ ਕੌਰ ਨੇ ਅਸਤੀਫਾ ਵੀ ਦੇ ਤਾ ਔਰ ਸਿਰਫ 2 ਵੋਟਾਂ ਜਦੋਂ ਕਾਨੂੰਨ ਬਣ ਲੱਗਿਆ ਪਈਆਂ ਇੱਕ ਹਰਸਿਮਰਤ ਦੀ 120 ਦੀ, ਹੋਰ ਕਿਸੇ ਨੇ ਉਸ ਬਿੱਲ ਬਣਨ ਦੇ ਜਦੋਂ ਐਕਟ ਬਣਨਾ ਸੀ ਕਿਸੇ ਨੇ ਮੰਨ। ਸ੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ਪੰਜਾਬ ਟੂਡੇ।